ਹੰਝੂ ਸਾਫ ਕਰਕੇ ਮੁਹੰਮਦ ਵਾਲੇ ਮੁਹੰਮਦ ਦੀ ਜ਼ਾਤ ਤੇ ਸਲਵਾਤ। ਅੱਲਾਹੁਮਾ ਸੱਲ ਅਲਾ ਮੁਹੰਮਦ ਵਾਲੇ ਮੁਹੰਮਦ। ਪੰਜ ਸਫ਼ਰ ਮਜਲਸੇ ਇਮਾਮ ਹੁਸੈਨ ਅਲੈਹਿ ਸਲਾਮ ਹੋ ਰਹੀ ਹੈ ਕੋਲੀਆਂ ਆਸ਼ਮ ਸ਼ਾਹ, ਜਿਸ ਦੇ ਵਿੱਚ ਮੁਲਕ ਦੇ ਨਾਮਵਰ ਉਲਮਾ ਔਰ ਜ਼ਾਕਰੀਨ ਹਤਾ ਫਰਮਾ ਰਹੇ ਨੇ। ਜ਼ਾਕਰ ਇਮਰਾਨ ਹੈਦਰ ਹਾਸ਼ਮੀ, ਸੈਯਦ ਨਜਮੁਲ ਹਸਨ ਸ਼ਰਾਜ਼ੀ, ਸੈਯਦ ਕਮਰ ਰਜ਼ਾ ਨਕਵੀ, ਨਹੀਦ ਅਬਾਸ ਜੱਗ, ਜ਼ਾਕਰ ਆਲਮ ਅਬਾਸ ਪੱਟੀ, ਸੈਯਦ ਸ਼ਫਕਤ ਅਬਾਸ ਸ਼ਾਹ, ਜ਼ਵਾਰ ਆਗਾ, ਸਫਦਰ ਹੁਸੈਨ, ਸੈਯਦ ਮਿਸਮ ਅਬਾਸ, ਅਜ਼ਹਰ ਅਬਾਸ ਹੈਦਰੀ, ਰਈਸ ਉਲ ਹਸਨ ਜਾਫਰੀ ਔਰ ਅਦੀਲ ਇਲਤਾਫ। ਜਿਤਨੇ ਮੋਮਿਨੀਨ ਪਿੰਡਾਲ ਤੋਂ ਬਾਹਰ ਨੇ ਉਹਨਾਂ ਦੇ ਅੱਗੇ ਗੁਜ਼ਾਰਿਸ਼ ਹੈ, ਜਿਤਨੇ ਆਜ਼ਾਦਾਰ ਮੋਮਿਨੀਨ ਪਿੰਡਾਲ ਤੋਂ ਬਾਹਰ ਨੇ ਉਹਨਾਂ ਅੱਗੇ ਗੁਜ਼ਾਰਿਸ਼ ਹੈ ਕਿ ਜਿਤਨੀ ਜਲਦੀ ਤੋਂ ਜਲਦੀ ਹੋ ਸਕਦਾ ਹੈ ਇਮਾਮ ਬਾਰਗਾਹ ਦੇ ਵਿੱਚ ਤਸ਼ਰੀਫ ਲੈ ਆਵਣ, ਕਿਉਂਕਿ ਹੁਣ ਇਸ ਨਸ਼ਿਸ਼ਤ ਦੇ ਆਖਰੀ ਜ਼ਾਕਰ ਸੈਯਦ ਇਮਤਿਆਜ਼ ਹੁਸੈਨ ਸ਼ਾਹ ਕਾਜ਼ਮੀ ਸਾਹਿਬ ਆਫ ਪਹਾੜਪੁਰ ਵਾਲੇ ਮਿੰਬਰ ਤੇ ਪਹੁੰਚ ਚੁੱਕੇ ਨੇ। ਇੰਤਜ਼ਾਮੀਆ ਅੱਗੇ ਵੀ ਗੁਜ਼ਾਰਿਸ਼ ਹੈ ਕਿ ਜਿਤਨੀ ਜਲਦੀ ਹੋ ਸਕਦਾ ਇਮਾਮ ਬਾਰਗਾਹ ਦੇ ਅੰਦਰ ਤਸ਼ਰੀਫ ਲੈ ਆਵਣ। ਲਾ ਇਲਾ ਕੇ ਪੜ੍ਹਨੇ ਵਾਲੇ ਅਬਲੇ ਮਜ਼ਾ ਤਾਸੀਰ ਕਾ, ਲਾ ਇਲਾ ਕੇ ਪੜ੍ਹਨੇ ਵਾਲੇ ਅਬਲੇ ਮਜ਼ਾ ਤਾਸੀਰ ਕਾ, ਲਾ ਇਲਾ ਕੀ ਤਹਿ ਕੇ ਨੀਚੇ ਖੂਨ ਹੈ ਸ਼ਬੀਰ ਕਾ, ਲਾ ਇਲਾ ਕੀ ਤਹਿ ਕੇ ਨੀਚੇ ਖੂਨ ਹੈ ਸ਼ਬੀਰ ਕਾ, ਲਾ ਇਲਾ ਕੇ ਪੜ੍ਹਨੇ ਵਾਲੇ ਲਾ ਇਲਾ ਸੇ ਪੁੱਛ ਲੇ, ਲਾ ਇਲਾ ਤੋ ਬਚ ਗਿਆ ਗਰ ਲੁੱਟ ਗਿਆ ਸ਼ਬੀਰ ਕਾ। ਅਭੀ ਆਪਕੇ ਸਾਹਮਣੇ ਅਦਬ ਕੀ ਜ਼ਾਕਰੀ ਸੁਣਨੇ ਵਾਲੇ ਲੋਗੋਂ ਕੇ ਲੀਏ, ਅਦਬ ਕੀ ਜ਼ਾਕਰੀ ਪੜ੍ਹਨੇ ਵਾਲੇ ਸੈਯਦ ਇਮਤਿਆਜ਼ ਹੁਸੈਨ ਸ਼ਾਹ ਆਫ ਪਹਾੜਪੁਰ। ਸਲਵਾਤ ਪੜਵਾ ਲੇ ਮੁਹੰਮਦ ਦੀ ਜ਼ਾਤ ਤੇ। ਮਰਵਾਕਾ ਦੀ ਸਲਾਮਤੀ ਵਾਸਤੇ ਬਵਾਜ਼ੇ ਬੁਲੰਦ ਸਲਵਾਤ। ਸਲਵਾਤ ਦਾ ਪੜ੍ਹਨਾ ਬਹੁਤ ਬੜੀ ਇਬਾਦਤ ਹੈ, ਇਬਾਦਤ ਸਮਝ ਕੇ ਆਲੇ ਮੁਹੰਮਦ ਦੀ ਪਾਕ ਜ਼ਾਤ ਤੇ ਫਿਰ ਵੀ ਬਵਾਜ਼ੇ ਬੁਲੰਦ ਸਲਵਾਤ। ਮੁਮਿਨੀ ਦੇ ਦੁਆ ਦੀ ਮੁਸਤਜਾਵਤ ਵਾਸਤੇ, ਸਾਦਾਤ ਉਜ਼ਾਮ ਦੀ ਮਿਹਨਤ ਦੀ ਮਕਬੂਲੀਅਤ ਵਾਸਤੇ ਬਵਾਜ਼ੇ ਬੁਲੰਦ ਸਲਵਾਤ। ਦੁਆ ਕਰਦਾ ਕਾਇਨਾਤ ਦਾ ਕਰੀਮ ਖਾਲਿਕ ਹਾਜ਼ਰੀਨ ਮਜਲਿਸ ਕੋ ਆਬਾਦ ਸ਼ਾਦ ਫਰਮਾ, ਮੁਮਿਨੀਨ ਦੇ ਵੇੜੇ ਆਬਾਦ ਹੋਵਨ, ਸਾਦਾਤ ਦੇ ਵੇੜੇ ਆਬਾਦ ਹੋਵਨ, ਮਦੀਨਾ ਦੁਬਾਰਾ ਆਬਾਦ ਹੋਵੇ, ਵਾਰਿਸ ਕਾਇਨਾਤ ਹੁਜਤ ਖੁਦਾ ਇਮਾਮ ਜ਼ਮਾਂ ਦਾ ਜਲ ਜ਼ਹੂਰ ਹੋਵੇ, ਸਰਕਾਰੇ ਲਜਪਾਲ ਦੀ ਜ਼ਿਆਰਤ ਦਾ ਸ਼ਰਫ ਹੋਵੇ, ਜ਼ਿਆਰਤ ਇਮਾਮ ਕਰਕੇ ਮੋਮਿਨ ਦਾ ਸਰ ਬੁਲੰਦ ਹੋਵੇ, ਜ਼ੁਬਾਨ ਤੇ ਸ਼ੁਕਰਾਨ ਦੇ ਕਲਮਾਤ ਹੋਵੇ। ਕਰੀਮ ਅੱਲਾ ਕਿਆਮਤ ਤੱਕ ਇਸ ਕਰਮ ਦਾ ਅਸਾਂ ਸ਼ੁਕਰ ਅਦਾ ਨਹੀਂ ਕਰ ਸਕਦੇ ਜਿਸ ਕਰੀਮ ਨੇ ਸਾਨੂੰ ਇਮਾਮ ਜ਼ਮਾਨਾ ਦੀ ਜ਼ਿਆਰਤ ਦਾ ਸ਼ਰਫ ਹਾਸਿਲ ਕਰਾਇਆ ਹੈ। ਅਲੀ ਪਾਕ ਦੀ ਮੁਹੱਬਤ, ਮੁਵੱਦਤ, ਵਿਲਾਇਤ ਵਾਲੀ ਮੁਹੱਬਤ ਦੀ ਕੀਮਤ ਕਾਇਨਾਤ ਨਹੀਂ, ਔਰ ਇਹ ਮੁਹੱਬਤ ਤੋਂ ਮੁਵੱਦਤ ਹਰ ਇਨਸਾਨ ਦੇ ਵਸ ਦਾ ਰੋਗ ਨਹੀਂ। ਕਿਸਮਤ ਵਾਲੇ ਲੋਕਾਂ ਕੋ ਅਲੀ ਲਜਪਾਲ ਦੀ ਮੁਹੱਬਤ ਦਾ ਮੋਤੀ ਮਿਲਦਾ ਹੈ, ਕਹਿ ਕੋ ਮਿਲਦਾ ਹੈ ਜਿਨ੍ਹਾਂ ਕੋ ਨਾ ਦੇ ਅਲੀ ਪੜ੍ਹ ਪੜ੍ਹ ਕੇ ਮੁਆਜ਼ਮਾ ਮੁਹਤਰਮਾ ਮਿਹਰਬਾਨ ਅਮਾਨਤ ਦੁੱਧ ਪਿਲਾਇਆ ਹੈ। ਹਮਾਲੇ ਮੁਹੰਮਦ ਕੀ ਵਿਲਾ ਰਖਤੇ ਹੈ, ਪਰਵਾਨੇ ਜੰਨਤ ਬਖੁਦਾ ਰਖਤੇ ਹੈ,
ہمارے محمد کی ولا رکھتے ہیں، پروانے جنت بخدا رکھتے ہیں، ہر شر سے بچاتی ہے مجھے نادے علی، موسیٰ کی طرح ہم بھی آسا رکھتے ہیں۔ بسم اللہ، بسم اللہ، بسم اللہ۔ ہر شر سے بچاتی ہے مجھے نادے علی، موسیٰ کی طرح ہم بھی آسا رکھتے ہیں، صاف آئینہ دل ہو تو شفا ملتی ہے، زہر بن جاتی ہے ورنہ جو دوا ملتی ہے، جاگنے پر بھی منافق کو سزا ملتی ہے، ارے نیک دل سو بھی رہا ہو تو رضا ملتی ہے، جاگنے پر بھی منافق کو سزا ملتی ہے، ارے نیک دل سو بھی رہا ہو تو رضا ملتی ہے۔ کسی کے مد مقابل عوام بن بیٹھے، کسی کے تخت کے وارث غلام بن بیٹھے، جسے شعور نہیں تھا کلام کرنے کا، غضب تو یہ ہے کہ وہ بھی امام بن بیٹھے۔ بسم اللہ، بسم اللہ، بسم اللہ، بسم اللہ۔ تھوڑا ٹائم، لیکن تھوڑے ٹائم دے اندر عبادت بہت زیادہ کرنا چاہنا، کیونکہ اللہ نے سب کو ایسی عبادت نصیب کی دیئے، ایک سیکنڈ دے اندر اسا عباس لجپال بابے دے نام دی تلاوت کرنے، کریم خالق ختم قرآن دا ثواب عطا کر دینے، تھوڑے ٹائم انعام عبادت بہت بڑا زیادہ۔ کون کہتا ہے کہ میدان میں عدو لڑتا ہے، کون کہتا ہے کہ میدان میں عدو لڑتا ہے، بھائی لڑتا ہے، پسر لڑتا ہے، اور تو لڑتا ہے اپنے بیگانے کی، وہاں ہوتی ہے پہچان، ارے یار لڑتے نہیں میدان میں لہو لڑتا ہے۔ بسم اللہ، بسم اللہ، بسم اللہ۔ اپنے بیگانے کی وہاں ہوتی ہے پہچان، ارے غیر لڑتے نہیں میدان میں لہو لڑتا ہے۔ مولا میرے تمام عزیزان و بزرگان کو آباد شاد رکھے، سادات ویڑھے آباد ہون، محبین آل اطہار کو قیامت تک مولا سدا سلامت رکھے، مومنین دے دھیان دے بخت بلند ہون۔ میں کوئی ذاکر نہیں، دعا کرن والا فقیر سیدہ، اللہ ہمیں تڑے پتران دے شاہیاں بخت بلند ہون، زیارت دا شرف ہوئے آل اطہار دے پاک دربتان دا، عبادت منظور ہوئے، میری سین دی ذات تے بواز بلند صلوات پڑھو، کریم خالق میرے عزیز کو لہنے داؤدی عطا فرماون، مولا کریم انک مولا دا نام بر ذاکر بناون، مولا تمام حاضرین دے بچے کو بخت بلند لاون۔ میں سید دعا ہے اللہ ہم جس آسو بھی دل ٹر کے آئے ہو مولا تعالیٰ ٹر آیا منظور فرماوے، میری سائن دی ذات تے بواز بلند صلوات پڑھو، اعوذ باللہ من الشیطان الرجیم، بسم اللہ صلوات، الحمد لله رب العالمين ولك سونے دی ذات صلوات، والصلاة والسلام على رسول کریم الذي قيل في شانه وما ارسلنا اللہ رحمت للعالمین، سردار دی ذات صلوات، بابا سے بلند صلوات پڑھو سخی دی ذات، بے
پھر بھی سلوات بڑے سردار دی ذات ہے. محمد عالم لائٹ آ جائے تو بند نہیں کرنا. محمد والے محمد بابا سے بلند سلوات سکی دی ذات ہے. والصلاة والسلام على رسوله الكريم الذي أكل في شانه وما أرسلناك إلا رحمة للعالمين. سردار دي ذات صلوات والصلاة والسلام على وصيه ووزيره وابن عمه وورث علمه علم الأولين والآخرين أمير المؤمنين. صلوات عرض کیتا عمران دے شان چ فرق نہ پا متا بدل ونیے مقصومے چاہے فرق پیا تھیا شہر بدل کل دنیا کو معلوم ہے ہر پتر پیو دا خادم ہوندا ہے اتے پیو ہوندا مخدوم میں جند بارا پتر امام ہوئن او کیویں غیر معصوم. بسم اللہ بسم اللہ بسم اللہ. ہر پتر پیو دا خادم ہوندا ہے اتے پیو ہوندا مخدوم ہے جند بارا پتر امام او کیویں غیر معصوم. صلوات عمران سخی دے لال تو گھٹ کائنات دے کتب رئیس کل ولیاں دا سلطان علی ہے اندے نال نہ کہیں دی ریس پتر حسین دے صبر تو گھٹ ادریس اتے جرجی سے جڑائی کو شیخا نال ملاوے او کو سمجھ گھنو ابلیس. عمران سخی دی چوتی تو تڑے سیٹھ سکی فیوارا عمران سخی دی چوتی تو تڑے سیٹھ سکی فیوارا نہیں شاہ نمران چ فرقاں دا بھونکن مرواؤن ہزارا تڑے موتا کو مون دی ول ول کے جاؤ بھگ مارا او کنا لرلے دائے کمیاں دے جندے پتر امام بارا. والصلاة والسلام على وصيه ووزيره وابن عمه وبارث علمه علم الأولين والآخرين
امیر المومنین صلوات صلاة و سلام على سيدة الجليلة المظلومة المحرومة عن حق ميراث أبيا سيدة النساء العالمين سيد ذات الصلوات دامن وقت گنجائش تھوڑی ہے میں صرف مسائل پڑھسا سرکار لجپال دی سواری برآمد کرے سا بابا دی بلان صلوات پڑھو سخی دی ذات تے سب صلوات و سلام علی الحسن معصوم المسموم ثم الصلاة والسلام على الحسين المظلوم المقتول المجروح بأرض كربلاء سلطان العاشقين صلوات الذي قال في وقت الوداع من الخيام فرمينا يا زينب يا أم كلزام يا سكينة يا رب عليه كنا مني سلام الذي حرمه أسيرا إلى الكوفة وشا مرد کی تڈٹا آندا پیو دے قاتل کو بیٹی بابے کو گل لائے بی بی آدھیے کیوں کوندا اے ایکو کیا مل سے رائے پوچھ دینے بابے کو گل لائے بی بی آدھیے کیوں کہوں دائے ایکو کیا مل سے رہے پوچھ دینے چھوٹ گئے دتا جھڑکا نال اٹھائے ظالم دائے میں قتل کریں دا تو والوان خیمے وال پیو دا کفا نہ بنا میرے بزرگا دعا کرنا ہونا اللہ بھویں کوئی ایڈا غریب پیو نہ ہووے جڑا دھی دے سامنے بے وس ہو کے پیا کسدا ہووے جنی دھی دا وس نہ چلے کوئی مدد کرن والا نہ ہووے جن دے بچاون والا کوئی نہ ہووے ہکا دھی حسین دی رو رو کے ڈکیا دے کوئی ہے جڑا میرے غریب بابے کو بچاوے عرض کیتے ایے زخمی پیو کو ہاں ملن کیتے جڈا بن وچ سائن سکیلا
ਡਿਠਾਏ ਵਿੱਚ ਮਕਤਲ ਦੇ ਹੈ ਵਾ ਪਿਓ ਦੀਦਾ ਮੁਲਾਕਾਤ ਦਾ ਜਾ रंग बदल गया मासूम मेरा बुजुर्ग मोला तोरे परदे सलामत रखे डीना वींदा ढल पी आए डीना वींदा नहीं ढल्या सानिया जहरा दा बख्त ढल पी आए दरिया दिया मछलियां एक बेकुआज ने कंदी छोड़ो कहीं साबिर दा इम्तिहान मेरे बुजुर्ग अकबर दा करीम बाबा जख्म तो चूर इमाम त्राए भला तीर पेशानी च लगे हुए भेड़ ने खेमे दे सामने आके देख के फरमेंदे अस्सलामु अलैका या उख्ती ज़ैनब मेरी सन देख के फरमेंदी अकबर दा बाबा अंदर लंगा बाहर खड़के क्यों खड़ा सलाम करे ना मेरा इमाम अंदर है देख के फरमेंदन भेड़ रुकन दा मकसद देगा मैं तेरा वीर जख्मा तू चूर मैं चाहना हमी मेरा भेड़ी परेशान न थी वेल मेरा धिया मेरे भाजा मेरे हरम परेशान न थी वेल मेरी सन देख किया दी अकबर दा बाबा दसा तो सही भेण को किवें याद की ताई मेरा आका देख के फरमेंदन भेण मिन्नत ला वादे दा टाइम आ गया है दुए भेण ते भिरा ने वादा की ता नाने नाल ते बाबे नाल मेरे वादे दा टाइम है मिन्नत ला मैं को पुराना लिबास दे मेरी सन ने किया दे पुराना लिबास जो मंगदा है तू कोई गरीब है मेरी सन मताबेदार मेरा आका देख के फरमेंदन भेण जैना अकबर ते अब्बास टुर गया होवे ओ की अमीर होंदा है मेरा आका देख के फरमेंदन भेण हुसैन हो के नहीं इमाम हो के उलल अमर हो के हुक्म ने ना मिन्नत ला पुराना लिबास ने तबरका तोली संदूक चो मेरी सन ने पुराना तू पुराना लिबास जाता है बिराद पेश कीता है मेरे आख ने पुराना लिबास को जहा जा तू शकस्ता कीता है मेरी सन ने किया दी अकबर दा बाबा अगे बहु पुराना ही है जहा जा तो शिकस्ता क्यों पे करे ने वे मेरा आका देख के फरमेंदन भेण कोशिश करे दा वद्या कल जो गरीब फिरा को मिलाना वे मुसलमान मेरे तन ते बाकी रहमन देवे मैं तबेदार मुसलमान मेरे तन ते बाकी रहमन देवे जेबे तन फरमाया मेरा आका देख के फरमेंदन मेरे त्राई दे तसे पर्दादार मेरे मुसाफिर अल्लाह राशी पर्दादार मैं गरीब दा आखरी सलाम हर बीबी ने अलग सलाम अर्ज किया है मेरी सन लै के फरमेंदे अकबर दा बाबा हुज्जत खुदा है सवाल करे निया मसला पूछ दिया मेरा कदे के फरमेंदन भेण केड़ा मसला पूछ दिए मेरी सन ने किया दे वसीयत ते अमल करन वाजिब है या सुन्नत है मेरा आका देख के फरमेंदन वाजिब है मेरा आका देख के फरमेंदन वाजिब है मेरी सन देख के फरमेंदी है मैं को अमरी वसीयत आखरी टाइम की थी है ऊ वसीयत तकमील दा वजूद तू हुसैन है मेरा आका देख के फरमेंदन केड़ी वसीयत मेरी सन देख के फरमेंदी अकबर दा बाबा मेरे सामने उवे माए जिवे नमाजी तशहुद ते बंदा है अकबर दा बाबा भेण दे सामने दो जानू जमीन ते बैठा है मेरी सन देख के फरमेनी अकबर दा बाबा मैं मां दी वसीयत पूरी करनी आ तू कमीज दे बटन खोल मेरे इमाम ने कमीज दे बटन खोले अली दीदी ने भिरा दा गल चुमना शुरू किया मेरा आका देख के फरमेंदन भेण तय हुक्म दिता है मेरे सामने उवे मैं जिवे नमाजी बहन है तय हुक्म दिता है कमीज दे बटन खोल
मैं बटन खोलन हूं दसा मेरा गल जो चुमदी पई है तेरा गल चुमन का मकसद केड़ा है बीबी याद मत समझ खबर नहीं मैं ताबेदार बीबी याद मत समझ को खबर नहीं हिमें लहजेदा मेहमान बीबी आदि जिमें ताए को सुनाए वे चमके तल दे मत समझ प्यारे को खबर नहीं हिमें लहजेदा मेहमान बीबी आदि जिमें ताए को सुनाए वे चमके तल दे गाल चमदी हिमिया मड़ी दा फरमान बीबी आदि पोसे माजरे दे नहीं मेरे बुजुर्ग सरकार हुसैन जल्दी नाल घोड़ दे करीब आए सजड़े दिन खबेड़े दिन मेरी संड के फरमेंदी अकबर दा बाबा मैं तेरे इरादे को समझती हाँ सजे की उड़े दाएं खबे की उड़े दाएं अगे जड़े वेला घोड़े ते सवार थी दे हावे एक पासू अब्बास चढ़ावण वाला बाए पासू अली अकबर रका पकड़न वाला होना हा ना अकबर नजर दई ना अब्बास नजर दई अब्बास भी माया अकबर भी माया आ मैं तक खुद चढ़े नहीं भेड़ ने भी राक घोड़े ते सवार कीता है आखरी सलाम करके अकबर दा बाबा देख के फरमेंदन घोड़ा जल्दी कर मेरा भैनी वैन पिया करे दिन मैं को मैदान खिंजल दू कदम घोड़ा टुरी है घोड़ा रुकी है मेरा का देख के फरमेंदन घोड़ा टुरदा क्यों नहीं है लेके याद है माला मेरी मजबूरी है सरकार फरमेंदन हुसैन दे हुक्म को लो वड़ी केड़ी मजबूरी आई घोड़ा ले क्या दे मौला मेरे सुम्बा दो देखो मेरे इमाम ने क्या रिटा है चार साल दी मासूमा दी है लेके याद है मैंने बाबे दा घोड़ा ताए टुर वंजना है मैं रोल वंजना है मेरे बुजुर्ग मेरा कदे के फरमेंदन मासूमा मैं को वंजने अल्लाह दा दीन नहीं बजदा मेरे बगैर सरकार टुरन मेरे इमाम को अंदर डिठा है नान दे कलमा पढ़न वाले ने इस्तकबाल कीते ने अजर रिसालत किस अंदाज नाल डिठे ने जन कोलो तीर हा ऊ तीर चलाए जन कोलो नेजा हा ऊ नेजा चलाए जन कोलो पत्थरां नू पत्थरां दी बारिश कीती है बारवा लाल विलायत दा ज़ियारत नहयत फरमेंदन मेरा लख सलाम उड़ाड़े ते जड़ा 53 मीटर नज़ीम ते हाई ना जमीन अकबर दा बाबा लाए बैठा है गरीब करबला लाए बैठा है घोड़े कुत्तर थार में कदम ते पता लग गया है मेरा वारिस मेरी जीन तू लह गई है वापस आए मेरे आका दे करीब आके देखिया दे मौला दू सैनी नाल वादा करके आ हुण तेरी धी मासूमा नाल वादा कीता है तेरे बाबे को घिन्ना सा जद पले पले मेरी जीन ते सवार थे हावे तेरी माँ दी चादर च मैं चौखा देहन तेरी माँ फरमाया मेरे पुत्र दे नाल वफा करी मैं गोदी लेना मेरी जीन ते चढ़ा आके तम मदीने घिन वन्या आके तम खैमे घिन वन्या आके तम तुआ को हिंदुस्तान घिन वन्या जख्मी इमाम ने सरकार हुसैन ने घोड़े ते सर ते हथ पैर के रो के देख के फरमाए सैयद आदे मां जाना पिया हुण
چڑھ نہیں سکدا تو ول ونگ خے مانگا تو سیدا دے اے پاگ تلوا رے امانت ونگ دے دادا جی ملتا نہیں ڈسنا سیا دادا جی ملتا نہیں ڈسنا سیا دادا جی ملتا نہیں ڈسنا میری بیوا دے کبرا کو سیا دادا اک نال ارا ملایا میں ہر کت لتا ہاتھی کے گھوڑے تو جڈا سرور دا اقبال مہمان سمجھ کے ہے وہ تیران اور کتے بہو تھک پیا ہو تائیں آدھ دے وچ یا سم خاتون دلال سیدا دے ہر کروٹ تے ایو آدھے ہائے آج بھین نہ ہو